फुल जा स्यापा एक बांह का भी स्यापा ही होंगे केड़ा ही है। थोड़ी जी उत्थे जाके पीवांगे खेत एक बांह का स्यापा ही बड़ा होंदा। ਸਾਲਾ ਇੱਕ ਬਾਣਾ ਕਿਹੜਾ ਸਟੈਂਡ ਲੱਗਦਾ ਪੈਗ ਵੀ ਨਹੀਂ ਲੱਗਦਾ ਇੱਕ ਬਾਣ ਦੇ ਨਾਲ ਤਾਂ ਹੁਣ ਰਾਤ ਨੂੰ ਪਾਣੀ ਵੀ ਲਾਉਣਾ ਇੰਨੀਆਂ ਇੱਟਾਂ ਕਿੱਥੇ ਸਿੱਟਾਂ ਮੈਂ ਇੱਥੇ ਸੈੱਟ ਹੋਏ ਉਹ ਰੱਬਾ ਭੈਣ ਜੋ ਦੂਜੀ ਬਾਂਹ ਵੀ ਦੇ ਦਿੰਦਾ ਕਾਹਤੋਂ ਵੜਤੀ ਮੇਰੀ पोचना यार एक तो पतंदर ने ब्याह वालू भी रखते उधरों भी घाटा पाया वा मैनू एक बांह भी एक कली ओहो आ गया हेलो भरावा इटा चक्की जाना वह इटा मैं भैन चो चठे चकदा कली कली इट चकदा कली तो बह मेरे पानी लाना पानी रात नू पानी लाना पानी इटा चकदा मैं दादा इटा चकदा कली कली मैं इट चकदा ला यार चेड़ कदू कर दे पतंदरा एक तो बंदा बजो रत्ता हों एक तुसी नहीं छड़ दे हाँ लाले पैग मैं बाले लाले मैं दस तो पैग मैं गम च लाई हाँ होर मैं की करा ना मेरे तो कई चलती है एक बांह के नाल पहला तो भी मैं इटा सीटियां इतने वो जा यार तुम रहू पी जन्ने यार ऐना करा करो यार भाई ठीक आ कट फोन हूँ ठीक आवे लहू पी जाते यार बना के इटा सड़तियां जिमें मैं पन्नी पर पट्ठा सड़ता हूं इतने बस ढाई इटा सीटियां तो कली पाना होर की सीटा जाऊगा नशे बच्चे आके पुत ने किया मां का कतल बुरा हाल है पंजाब का यार शरेआम पता लगता यार सोशल मीडिया वेखन नहीं जी करता यह जो हालात आए पे है आ की हो गोडे पाए जाते हैं 10,000 च प्लास्टिक दे ते काम करन तो बाद फिर पैसे ले जाएंगे ठीक है थले बांह बारे भी कुछ लिखा वै बांह लाई जाती है प्लास्टिक दी 20,000 रुपया वह भी बाद च जे वो काम करूगी तो बांह यार अपने पिंड वाले जिंदर की बांह लवाने वाली है प्लास्टिक की काम ही बन जाए जमा जे कि लोट आ जाए ना ताए दे मुंडे ने कहना थले नंबर है हाँ नंबर है 98772 वधिया वधिया भाई वो कर्म वाला ही बाला हो हुणे लंघ गया इहदा रब्बी रू है यार रब्बी रू बी ए कीती आ बेचारे ने ते आरे जाके बांह वड्डी गई कादा काम आ यार इहनां ने वड्डे नाल गल करना दूजे नाल आ नंबर दा मार ला स्क्रीनशॉट किरा आ मार लिया स्क्रीनशॉट इहनां ने वड्डे नूं कहना भी लग गए फोन यार 20,000 च बांह पै जूगी बेचारे की एड्डी खास गल इना पढ़िया लिखा मुंडा यार इना उच्चा लम्मा सोहना सुनखा
ਬਾਹ ਲੱਗ ਜੂਗੀ ਯਾਰ ਰੂਪ ਹੀ ਚੜਿਆ ਆਊਗਾ ਨਾ ਕੋਈ ਕੁੜੀ ਦਿੰਦਾ ਵਿਚਾਰੇ ਨੂੰ ਕਾਚੀ ਬਾਹਲਾ ਵੱਡਾ ਸੋਚਣਾ ਚਾਹੀਦਾ ਯਾਰ ਇਹਦੇ ਬਾਰੇ ਤਾਂ ਚਲੋ ਕਰਦੇ ਆ ਗੱਲ ਇਹਨਾਂ ਵਾਲੀ ਪਾਣੀ ਲੱਗ ਗਿਆ ਕਿਆਰੇ ਨੂੰ ਕਰ ਦਈਏ ਮੋਟਰ ਬੰਦ ਉਹ ਕਿਵੇਂ ਆ ਲਵਲੀ ਉਹ ਠੀਕ ਆ ਕਿਵੇਂ ਬਾਈ ਕੀ ਹਾਲ ਆ ਵਧੀਆ ਵਧੀਆ ਇੱਥੇ ਬੈਠਾ ਨਾ ਪਤੰਦਰਾ ਮੈਂ ਲੇਟ ਹੋ ਗਿਆ ਤੈਨੂੰ ਫੋਨ ਪਹਿਲਾਂ ਲਾਇਆ ਸੀ ਕੀ ਬਣੀ ਜਾਂਦਾ ਕੀ ਬਣਾਈ ਜਾਂਦਾ ਅੱਜ ਕੱਲ੍ਹ ਬਸ ਕੁਛ ਨਹੀਂ ਯਾਰ ਬਸ ਆਪਦੀ ਪੜ੍ਹਾਈ ਚੱਲੀ ਜਾਂਦੀ ਆ ਯੂਨੀਵਰਸਿਟੀ 'ਚ ਪੰਡ ਪੁੰਡ ਜਾ ਬੜੀ ਦਾ ਵਧੀਆ ਵਧੀਆ ਹੁਣ ਛੁੱਟੀ ਤੇ ਆਇਆ ਸੀਗਾ ਮੈਂ ਅੱਛਾ ਅੱਛਾ ਹਾਂ ਤੇ ਮੈਂ ਤੇਰੇ ਨਾਲ ਇਹ ਗੱਲ ਕਰਨੀ ਸੀਗੀ ਵੀ ਮੈਂ ਨਾ ਫੇਸਬੁੱਕ ਤੇ ਨੰਬਰ ਦੇਖਿਆ ਸੀਗਾ ਅੱਛਾ ਮਤਲਬ ਵੀ ਉਹ ਨਾ ਪਲਾਸਟਿਕ ਦੀ ਬਾਹ ਲਾਉਂਦੇ ਆ ਮਤਲਬ ਤੇ ਆਪਣੇ ਵਾਲੇ ਛੋਟੇ ਦੀ ਆਪਾਂ ਯਾਰ ਜੇ ਕਿਤੇ ਬਾਹ ਲਵਾ ਦਈਏ ਉਹਨਾਂ ਤੋਂ ਤੇ ਦੋ ਤਿੰਨਾਂ ਦਿਨਾਂ ਚਲਾ ਦੇਣਗੇ ਮੈਂ ਉਹਨਾਂ ਤੋਂ ਫੋਨ ਲਾ ਕੇ ਪੁੱਛ ਲਿਆ ਸੀ ਤੇ ਮੈਨੂੰ ਹੁਣ ਛੁੱਟੀ ਆ ਮੈਨੂੰ ਹੁਣ ਛੁੱਟੀਆਂ ਹੋਈਆਂ ਯੂਨੀਵਰਸਿਟੀ ਚੋਂ ਪੜ੍ਹਾਈ ਤੋਂ ਬਾਅਦ ਕਰ ਦਿੰਦੇ ਆ ਹੁਣ ਪੇਪਰ ਹੋਏ ਸੀਗੇ ਸੈਕਿੰਡ ਈਅਰ ਦੇ ਐਮਏ ਸੈਕਿੰਡ ਈਅਰ ਦੇ ਠੀਕ ਆ ਤੇ ਹਾਂ ਤੇ ਮੈਂ ਵਿਹਲਾ ਯਾਰ ਮੈਂ ਦੋ ਤਿੰਨ ਦਿਨ ਉੱਥੇ ਲਵਾ ਵੀ ਦਊਂਗਾ ਯਾਰ ਆਪਣੇ ਵਾਲੇ ਦੀ ਵਿਚਾਰੇ ਦੀ ਬਾਹ ਲੱਗ ਜੂ ਨਾ ਬੰਦੇ ਤੋਂ ਹੁਣ ਰੋਟੀ ਖਾਧੀ ਜਾਂਦੀ ਹੈ ਤੂੰ ਲਾਲਾ ਸਾਹਿਬ ਆਪੇ ਹਨਾ ਤੇ ਨਾ ਬੰਦੇ ਤੋਂ ਕੁਛ ਹੋਰ ਹੋ ਸਾਡਾ ਦਿਲ ਉਹਨੂੰ ਕਰਦਾ ਉਹ ਤੋਂ ਰਹਿਣ ਦੇ ਉਦੋਂ ਕੀ ਲੈਣਾ ਤੂੰ ਪੰਗਾ ਲੈ ਕੇ ਉਹਦਾ ਕਿਉਂ ਹਾਂ ਉਹਦਾ ਕੀ ਪਤਾ ਉਹਦਾ ਭਰਾਵਾ ਇਹ ਨਹੀਂ ਪਤਾ ਠੇਕੇ ਦੇ ਰਹਿ ਜੇ ਉਹਦੇ ਬਾਂਹ ਠੇਕੇ ਦੇ ਨਾ ਭੁੱਲਿਆ ਹੋਵੇ ਇਹ ਜੇ ਪੰਗੇ ਤੋਂ ਰਹਿਣ ਦੇ ਤੂੰ ਬਾਜਾ ਅੱਛਾ ਹਾਂ ਕਿੱਥੋਂ ਲਵਾਉਣੀ ਆ ਕਿਹੜੇ ਥੋਂ ਕਹੀ ਜਾਂਦੇ ਆ ਉਹ ਤਾਂ ਜੈਪੁਰ ਜੋਧਪੁਰੋਂ ਲਵਾਉਣੀ ਸੀਗੀ ਰਾਜਸਥਾਨ 'ਚ ਰਾਜਸਥਾਨ 'ਚ ਜੋਧਪੁਰ ਸ਼ਹਿਰ ਨੀ ਹਾਂ ਵੀ ਉਹ ਸ਼ਰਾਬ ਸ਼ੁਰੂ ਪੀਂਦਾ ਉਹ ਸ਼ਰਾਬ ਪੀਂਦਾ ਨੀ ਗਾ ਹਾਂ ਪੀਣ ਵਾਲੀ ਗੱਲ ਕੋਈ ਹੋਰ ਹੁੰਦੀ ਤਾਂ ਲੱਗਦਾ ਪੀਂਦਾ ਨੀ ਗਾ ਲੱਗਦਾ ਅੱਖੀਆਂ ਦਾ ਮੈਨੂੰ